ਅਕਸਰ ਸੁਣਦੇ ਹਾਂ ਕਿ ਦੇਸ਼ ਵਿੱਚ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਰੱਖਿਆ। ਕੱਪੜੇ ਲੀੜੇ ਤੋਂ ਲੈ ਕੇ ਖਾਣ ਪੀਣ ਦੀਆਂ ਵਸਤੂਆਂ ਤੱਕ ਹਰ ਇੱਕ ਚੀਜ਼ ਦੀ ਕੀਮਤ ਨੂੰ ਜਿਵੇਂ ਅੱਗ ਲੱਗੀ ਹੋਈ ਹੈ। ਪਰ ਹੁਣ ਮਾਮਲਾ ਹੋਰ ਵੀ ਗਰਮਾ ਗਿਆ। ਜੀ ਹਾਂ, ਮਾਮਲਾ ਗਰਮਾ ਗਿਆ। ਅਸਲ ਵਿੱਚ ਹੁਣ 2 ਕੇਲੇ 442 ਰੁਪਏ ਦੇ ਮਿਲਣ ਲੱਗੇ ਨੇ। ਜੀ ਹਾਂ, ਤੁਸੀਂ ਸਹੀ ਸੁਣਿਆ, 442 ਰੁਪਏ ਦੇ 2 ਕੇਲੇ, ਜਿਨ੍ਹਾਂ 'ਤੇ 34-34 ਰੁਪਏ ਤਾਂ ਸੈਂਟਰ ਅਤੇ ਪੰਜਾਬ ਦਾ ਟੈਕਸ ਹੀ ਪੈ ਜਾਂਦਾ ਹੈ। ਜੇਕਰ ਸਾਡੀ ਗੱਲ 'ਤੇ ਯਕੀਨ ਨਹੀਂ ਆ ਰਿਹਾ ਤਾਂ ਬਾਲੀਵੁੱਡ ਐਕਟਰ ਰਾਹੁਲ ਬੋਸ ਵੱਲੋਂ ਬਣਾਈ ਇਸ ਵੀਡੀਓ ਨੂੰ ਦੇਖ ਲਵੋ। ਸੋ ਆਈ ਐਮ ਸ਼ੂਟਿੰਗ ਇਨ ਚੰਡੀਗੜ੍ਹ ਐਂਡ ਆਈ ਐਮ ਸਟੇਇੰਗ ਐਟ ਦਿਸ ਬਿਊਟੀਫੁਲ ਸਵੀਟ ਐਟ ਦੀ JW Marriott, you know, where they give you all these elegant freebies like these chocolate cookies and God knows how much these beautiful flowers must have cost. But get this, I was in the gym and I asked for 2 bananas while I was working out, and of course I got the bananas. Check the bill out. They're just too good for me. Well done, JW Marriott Chandigarh. ਅਸਲ ਵਿੱਚ ਰਾਹੁਲ ਬੋਸ ਚੰਡੀਗੜ੍ਹ 'ਚ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਨੇ। ਫਿਲਮ ਦੀ ਸ਼ੂਟਿੰਗ ਲਈ ਰਾਹੁਲ ਚੰਡੀਗੜ੍ਹ ਦੇ ਸ਼ਾਨਦਾਰ ਹੋਟਲ 'ਚ ਰੁਕੇ ਹੋਏ ਨੇ, ਪਰ ਹੋਟਲ ਦੇ ਕਬਿਲ ਨੇ ਰਾਹੁਲ ਨੂੰ ਹੈਰਾਨ ਕਰ ਦਿੱਤਾ। ਅਸਲ ਵਿੱਚ ਰਾਹੁਲ ਨੇ ਜਿਮ ਤੋਂ ਬਾਅਦ 2 ਕੇਲੇ ਆਰਡਰ ਕੀਤੇ ਸੀ, ਜਿਨ੍ਹਾਂ ਦਾ ਬਿੱਲ ਹੋਟਲ ਨੇ 442 ਰੁਪਏ ਭੇਜਿਆ। ਜਿਸ ਤੋਂ ਬਾਅਦ ਰਾਹੁਲ ਬੋਸ ਨੇ ਕੇਲਿਆਂ ਅਤੇ ਬਿੱਲ ਦੀ ਵੀਡੀਓ ਬਣਾ ਲਈ ਅਤੇ ਉਸਨੂੰ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕਰ ਦਿੱਤਾ। ਉੱਧਰ ਰਾਹੁਲ ਨੇ ਵੀਡੀਓ ਪੋਸਟ ਕੀਤੀ ਤਾਂ ਇਸ ਪੋਸਟ 'ਤੇ ਲੋਕਾਂ ਵੱਲੋਂ ਮਜ਼ੇਦਾਰ ਕਮੈਂਟ ਆਉਣ ਲੱਗੇ। ਕਿਸੇ ਨੇ ਲਿਖਿਆ ਕਿ ਜਿੰਨਾ ਕੇਲਿਆਂ 'ਤੇ GST ਲੱਗਿਆ ਉਨੇ ਵਿੱਚ ਤਾਂ 1 ਦਰਜਨ ਕੇਲੇ ਆ ਜਾਂਦੇ। ਇੱਕ ਹੋਰ ਨੇ ਲਿਖਿਆ ਕਿ ਇਟ ਇਜ਼ ਨੋਟ ਜਸਟ ਬਨਾਨਾ, ਇਟ ਇਜ਼ ਕਾਲਡ ਉੱਲੂ ਬਨਾਨਾ। ਇਸ ਦੇ ਨਾਲ ਹੀ ਇੱਕ ਨੇ ਲਿਖਿਆ ਕਿ ਅਸੀਂ ਵੀ ਐਵੇਂ ਹੀ ਮਹਿਸੂਸ ਕਰਦੇ ਹਾਂ ਜਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ ਜਦੋਂ ਅਸੀਂ ਕਿਸੇ ਮਲਟੀਪਲੈਕਸ ਵਿੱਚ ਜਾ ਕੇ ਪੌਪਕੌਰਨ ਦਾ ਪੈਕਟ ਖਰੀਦਦੇ ਹਾਂ। ਇੱਕ ਯੂਜ਼ਰ ਨੇ ਤਾਂ ਹੱਦ ਹੀ ਕਰ ਦਿੱਤੀ। ਉਸਨੇ ਲਿਖਿਆ ਕਿ ਅਗਰ ਤੁਸੀਂ ਕੇਲਿਆਂ ਦੀ ਜਗ੍ਹਾ ਮੈਂਗੋ ਸ਼ੇਕ ਮੰਗਵਾਇਆ ਹੁੰਦਾ ਤਾਂ ਇਸ ਦੀ ਕੀਮਤ ਅਗਲੇ ਆਈਫੋਨ ਦੀ ਕੀਮਤ ਦੇ ਬਰਾਬਰ ਹੁੰਦੀ। ਸੋ ਹੋਟਲ ਵੱਲੋਂ ਭੇਜੇ ਇਸ ਬਿੱਲ ਨੂੰ ਦੇਖ ਕੇ ਜ਼ਰੂਰ ਕਿਹਾ ਜਾ ਸਕਦਾ ਕਿ ਮਹਿੰਗਾਈ ਵਾਕਿਆ ਹੀ ਲੱਕ ਤੋੜਨ ਵਾਲੀ ਹੋ ਗਈ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।